ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੋਨੂੰ ਗਰੋਵਰ, ਪ੍ਰਧਾਨ ਸਬਜ਼ੀ ਮੰਡੀ ਬਾਬਾ ਫਰੀਦ ਆਰਟ ਅਤੇ ਐਸੋਸੀਏਸ਼ਨ। ਤੁਹਾਨੂੰ ਸਾਰਿਆਂ ਨੂੰ ਬਾਬਾ ਫਰੀਦ ਆਗਮਨ ਪੁਰਬ 'ਤੇ ਲੱਖ ਲੱਖ ਵਧਾਈ ਹੋਵੇ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਜਿਹੜਾ ਨਵਾਂ ਸਾਲ ਆ ਤੁਹਾਡੇ ਸਾਰਿਆਂ ਵਾਸਤੇ ਖੁਸ਼ੀਆਂ ਲੈ ਕੇ ਆਵੇ ਅਤੇ ਤੁਸੀਂ ਸਾਰੇ ਤੰਦਰੁਸਤੀਆਂ ਮਾਨੋ। ਇਹੀ ਅਰਜ਼ ਕਰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਲੱਖ ਇੱਕ ਵਾਰੀ ਫਿਰ ਕਹਿੰਦਾ ਲੱਖ ਲੱਖ ਤੁਹਾਨੂੰ ਬਾਬਾ ਫਰੀਦ ਦੇ ਆਗਮਨ ਪੁਰਬ 'ਤੇ ਲੱਖ ਲੱਖ ਵਧਾਈ ਹੋਵੇ। ਧੰਨਵਾਦ। ਸਾਡੀ ਆਰਟ ਐਸੋਸੀਏਸ਼ਨ ਬਾਬਾ ਫਰੀਦ ਸਬਜ਼ੀ ਮੰਡੀ ਯੂਨੀਅਨ ਵੱਲੋਂ ਮੈਂ ਬਾਬਾ ਫਰੀਦ ਦੇ ਆਗਮਨ ਪੁਰਬ ਦੀ ਲੱਖ ਲੱਖ ਮੁਬਾਰਕ ਦਿੰਦਾ ਭਾਰਤ ਵਿੱਚ ਵੱਸਦੇ ਪੰਜਾਬੀਆਂ ਨੂੰ ਅਤੇ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ। ਸਾਰੇ ਸਬਜ਼ੀ ਮੰਡੀ ਵੱਲੋਂ ਲੱਖ ਲੱਖ ਮੁਬਾਰਕਾਂ ਹੋਣ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਫਰੀਦਕੋਟ ਵਾਸੀਆਂ ਨੂੰ ਬਾਬਾ ਫਰੀਦ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ ਅਤੇ ਕਾਮਨਾ ਕਰਦਾ ਕਿ ਸਾਰੇ ਸੁਖੀ ਮੰਨਣ। ਆਪਾਂ ਸਾਰਿਆਂ ਨੂੰ ਪਤਾ 21, 22 ਅਤੇ 23 ਤਰੀਕ ਨੂੰ ਸਤੰਬਰ ਨੂੰ ਬਾਬਾ ਫਰੀਦ ਆਗਮਨ ਪੁਰਬ ਹਰ ਸਾਲ ਦੀ ਤਰ੍ਹਾਂ ਫਰੀਦਕੋਟ ਮਨਾਇਆ ਜਾ ਰਿਹਾ। ਮੈਂ ਆਪਣੇ ਵੱਲੋਂ ਅਤੇ ਆਰਟ ਐਸੋਸੀਏਸ਼ਨ ਫਰੀਦਕੋਟ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ, ਭਾਰਤ ਦੇ ਵੱਸਦੇ ਪੰਜਾਬੀਆਂ ਨੂੰ ਅਤੇ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੂੰ ਬਾਬਾ ਜੀ ਆਗਮਨ ਪੁਰਬ ਲੱਖ ਲੱਖ ਮੁਬਾਰਕ ਦਿੰਦਾ ਅਤੇ ਬੇਨਤੀ ਕਰਦਾ, ਬਾਹਰੋਂ ਆਈ ਹੋਈ ਸੰਗਤ ਨੂੰ ਵੀ ਬੇਨਤੀ ਕਰੂੰਗਾ, ਸ਼ਹਿਰ ਵਿੱਚ ਰਸ਼ ਬਹੁਤ ਹੁੰਦਾ, ਸਫਾਈ ਦਾ ਪੂਰਨ ਧਿਆਨ ਰੱਖਿਆ ਜਾਵੇ ਅਤੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਫਰੀਦਕੋਟ ਨਾ ਵਾਪਰ ਸਕੇ। ਇੱਕ ਵਾਰ ਫਿਰ ਮੇਰੇ ਵੱਲੋਂ ਅਤੇ ਐਸੋਸੀਏਸ਼ਨ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰੇ ਵੱਲੋਂ ਅਤੇ ਮੇਰੇ ਸਾਰੇ ਆੜਤੀਆਂ ਭਰਾਵਾਂ ਵੱਲੋਂ ਬਾਬਾ ਫਰੀਦ ਦੇ ਮੇਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ।